ਹੈਲੋ ਸਟੂਡੈਂਟ ਆਫ 8th ਕਲਾਸ ਅੱਜ ਅਸੀਂ ਸਕਾਧ ਪਾਠ ਪੁਸਤਕ ਦੇ ਵਿੱਚੋਂ ਪਾਠ ਨੰਬਰ 2 ਪੜ੍ਹਨ ਜਾ ਰਹੇ ਹਾਂ ਜਿਸ ਦਾ ਸਰਲੇਖ ਹੈ ਸਮੇਂ ਦੀ ਕਦਰ ਸਮੇਂ ਦੀ ਕਦਰ ਇਸ ਪਾਠ ਦੇ ਸਰਲੇਖ ਤੋਂ ਹੀ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਪਾਠ ਸਮੇਂ ਦੀ ਕਦਰ ਸਮੇਂ ਦੇ ਬਾਰੇ ਹੀ ਹੈ ਸਮਾਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਇਹੋ ਜਿਹੀ ਜੇ ਸਭ ਤੋਂ ਕੀਮਤੀ ਹੈ ਸਮੇਂ ਤੋਂ ਕੀਮਤੀ ਕੁਝ ਵੀ ਨਹੀਂ ਜੇਕਰ ਅਸੀਂ ਸਮੇਂ ਨੂੰ ਗਵਾ ਦਿੰਦੇ ਹਾਂ ਤਾਂ ਸਾਨੂੰ ਪਤਾ ਹੈ ਕਿ ਕਦੇ ਵੀ ਵਾਪਸ ਨਹੀਂ ਆਉਂਦਾ ਸਮੇਂ ਦੀ ਕਦਰ ਉਸ ਵਿਅਕਤੀ ਤੋਂ ਪੁੱਛ ਕੇ ਦੇਖੋ ਜੋ ਸ਼ਾਇਦ ਕੁਝ ਸੈਕਿੰਡ ਰੋਡ ਪਹਿਲਾਂ ਕ੍ਰਾਸ ਕਰਨ ਨਾਲ ਹੀ ਬਚਿਆ ਹੋਵੇ ਤਾਂ ਕੁਝ ਸੈਕਿੰਡ ਦੇ ਵਿੱਚ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਕਈ ਵਾਰ ਡਾਕਟਰ ਵੀ ਕਹਿ ਦਿੰਦੇ ਹਨ ਕਿ ਇਹ ਮਰੀਜ਼ ਥੋੜਾ ਟਾਈਮ ਪਹਿਲਾਂ ਆ ਜਾਂਦਾ ਤਾਂ ਸ਼ਾਇਦ ਅਸੀਂ ਬਚਾ ਲੈਂਦੇ। ਭਾਵ ਸਮੇਂ ਸਮੇਂ ਦੀ ਕੀਮਤ ਜਿਹੜੀ ਹੈ ਉਹ ਸਭ ਤੋਂ ਵੱਧ ਹੈ। ਸਾਨੂੰ ਦੁਨੀਆ ਦੇ ਵਿੱਚ ਅਨੇਕਾਂ ਕਹਾਣੀਆਂ ਪੜਨ ਨੂੰ ਮਿਲਦੀਆਂ ਹਨ ਜਿਵੇਂ ਕਿ ਇੱਥੇ ਵੀ ਇਸ ਪਾਠ ਦੇ ਵਿੱਚ ਵੀ ਕੁਝ ਕਹਾਣੀਆਂ ਦਿੱਤੀਆਂ ਗਈਆਂ ਕਿ ਜੋਰਜ ਅਮਰੀਕਾ ਦਾ ਜਿਹੜਾ ਪਹਿਲਾ ਰਾਸ਼ਟਰਪਤੀ ਜੋਰਜ ਵਾਸ਼ਿੰਗਟਨ ਸੀ ਉਹ ਵੀ ਬਹੁਤ ਸਮੇਂ ਦਾ ਭਵਾਨਦ ਸੀ ਇੱਕ ਵਾਰੀ ਉਸਨੇ ਕਿਸੇ ਨੂੰ ਕਿਹਾ ਕਿ ਮੈਨੂੰ ਕੁਝ ਕੋੜੇ ਚਾਹੀਦੇ ਹਨ ਤੇ ਸਵੇਰੇ 5 ਵਜੇ ਲੈ ਕੇ ਹਾਜ਼ਰ ਹੋ ਜਾਣਾ ਤਾਂ ਉਹ ਵਿਅਕਤੀ ਦੂਜੇ ਦਿਨ ਕੀ ਹੁੰਦਾ ਸਵੇਰੇ 5:30 ਵਜੇ ਆਉਂਦਾ ਤਾਂ ਜਦੋਂ ਆ ਕੇ ਜੋਰਜ ਵਾਸ਼ਿੰਗਟਨ ਦੇ ਸੇਵਕ ਨੂੰ ਕਹਿੰਦਾ ਹੈ ਉਸਦੇ ਨੌਕਰ ਨੂੰ ਕਹਿੰਦਾ ਕਿਵੇਂ ਕੋੜੇ ਲੈ ਆਏ ਆ ਚਾਰਜ ਸਾਹਿਬ ਕਿੱਥੇ ਹਨ ਤਾਂ ਉਹ ਕਹਿੰਦੇ ਉਹ ਤਾਂ ਚਲੇ ਗਏ 5 ਵਜੇ ਤੁਸੀਂ ਲੇਟ ਹੋ ਗਏ ਤੁਸੀਂ ਸਵਾ 5 ਵਜੇ ਆਏ ਹੋ ਤਾਂ ਉਹਨਾਂ ਨੇ ਕਿਹਾ ਸੀ ਕਿ ਪਕੌੜੇ ਵਾਪਸ ਕਰ ਦੇਣਾ ਇਸੇ ਤਰ੍ਹਾਂ ਇੱਕ ਹੋਰ ਉਦਾਹਰਣ ਹੈ ਚਾਰਜ ਦੁਨੀਆ ਦੇ ਇੱਕ ਮਹਾਨ ਬਾਦਸ਼ਾਹ ਨਪੋਲੀਅਨ ਬਾਰੇ ਨਪੋਲੀਅਨ ਬਾਰੇ ਤੁਸੀਂ ਸੁਣਿਆ ਹੋਣਾ ਕਿ ਬਹੁਤ ਮਹਾਨ ਯੋਧਾ ਤੇ ਬਹੁਤ ਜ਼ਿਆਦਾ ਵੱਡਾ ਵਿਜੇਤਾ ਸੀਗਾ ਜਿਸ ਨੇ ਬਹੁਤ ਸਾਰੇ ਦੁਨੀਆਂ ਨੂੰ ਦੁਨੀਆ ਦੇ ਹਿੱਸੇ ਨੂੰ ਜਿੱਤ ਲਿਆ ਸੀਗਾ ਤਾਂ ਇੱਕ ਵਾਰ ਕੀ ਹੈ ਉਸਨੇ ਆਪਣੇ ਜਰਨੈਲਾਂ ਨੂੰ ਖਾਣੇ ਤੇ ਬੁਲਾਇਆ ਪਰ ਉਹ ਸਮੇਂ ਦਾ ਬਹੁਤ پابੰਦ ਸੀ ਪਰ ਕਈ ਵਾਰੀ ਦੇਖਿਆ ਕਿ ਲੋਕ ਸਮੇਂ ਦੀ ਖਤਰ ਨਹੀਂ ਕਰਦੇ 5 10 ਮਿੰਟ ਤੇ 15 20 ਮਿੰਟ ਕੁਝ ਨਾ ਕੁਝ ਲੇਟ ਹੋ ਹੀ ਜਾਂਦੇ ਖਾਸ ਕਰਕੇ ਆਪਣੇ ਪੰਜਾਬੀ ਇਸੇ ਹਿਸਾਬ ਨਾਲ ਉਹ ਜਰਨੈਲ ਸੀ ਜਿਹੜੇ ਉਹ ਖਾਣੇ ਤੋਂ ਕਾਫੀ ਲੇਟ ਆਏ ਪਰ ਜਦੋਂ ਖਾਣੇ ਦਾ ਸਮਾਂ ਹੋਇਆ ਤਾਂ ਐਨ ਸਮੇਂ ਤੇ ਨੈਪੋਲੀਅਨ ਨੇ ਆਪਦਾ ਖਾਣਾ ਸ਼ੁਰੂ ਕਰ ਦਿੱਤਾ ਤਾਂ ਥੋੜੇ ਸਮੇਂ ਬਾਅਦ ਜਦੋਂ ਜਰਨੈਲ ਆਏ ਉਸ ਸਮੇਂ ਤੱਕ ਨਪੋਲੀਅਨ ਆਪਦਾ ਖਾਣਾ ਖਾ ਕੇ ਉੱਠਣ ਹੀ ਲੱਗਾ ਸੀ ਤਾਂ ਜਦੋਂ ਜਰਨੈਲ ਖਾਣਾ ਖਾਣ ਲਈ ਬੈਠਣ ਲੱਗੇ ਤਾਂ ਨਪੋਲੀਅਨ ਨੇ ਕਿਹਾ ਚਲੋ ਖਾਣੇ ਦਾ ਸਮਾਂ ਖਤਮ ਹੋ ਚੁੱਕਿਆ ਹੈ ਚਲੋ ਹੁਣ ਕੰਮ ਤੇ ਚੱਲ ਜਾਈਏ ਕੰਮ ਦਾ ਸਮਾਂ ਹੋ ਗਿਆ ਤਾਂ ਸਾਰਿਆਂ ਨੂੰ ਉਸ ਦਿਨ ਭੁੱਖੇ ਹੀ ਕੰਮ ਕਰਨਾ ਪਿਆ ਕਹਿੰਦਾ ਭਾ ਕਿ ਦੁਨੀਆ ਦੇ ਜੋ ਮਹਾਨ ਤੇ ਕਾਮਯਾਬ ਇਨਸਾਨ ਹਨ ਉਹ ਵੀ ਸਮੇਂ ਦੀ ਬਹੁਤ ਕਦਰ ਕਰਦੇ ਕੋਈ ਇਸ ਮੁਕਾਮ ਤੇ ਪਹੁੰਚੇ ਹੈ ਤੇ ਉਹਨਾਂ ਨੇ ਸਫਲਤਾ ਪ੍ਰਾਪਤ ਕੀਤੀ ਜੇਕਰ ਜਰਨਲ ਸਮੇ ਸਰਖਾਨੇ ਤੇ ਪਹੁੰਚ ਜਾਂਦੇ ਤਾਂ ਉਹਨਾਂ ਨੂੰ ਸਾਰਾ ਦਿਨ ਭੁੱਖੇ ਨਾ ਰਹਿਣਾ ਪੈਂਦਾ ਜੇਕਰ ਉਹ ਘੋੜੇ ਵੇਚਣ ਵਾਲਾ ਵੀ ਜਾਰਜ ਵਾਸ਼ਿੰਗਟਨ ਕੋਲ ਪੂਰੇ 5 ਵਜੇ ਪਹੁੰਚ ਜਾਂਦਾ ਲੇਟ ਨਾ ਹੁੰਦਾ ਤਾਂ ਸ਼ਾਇਦ ਉਸ ਦਾ ਨੁਕਸਾਨ ਨਾ ਹੁੰਦਾ ਇਸੇ ਤਰ੍ਹਾਂ ਇੱਕ ਵਿਅਕਤੀ ਹੈ ਜਿਸ ਨੇ ਆਪਦੇ ਬੱਚੇ ਉਸ ਦੇ ਬੱਚੇ ਨੂੰ ਕੰਮ ਨਹੀਂ ਸੀ ਮਿਲ ਰਿਹਾ ਤੇ ਉਸ ਨੇ ਆਪਦੇ ਦੋਸਤ ਨੂੰ ਕਿਹਾ ਕਿ ਮੇਰੇ ਬੱਚੇ ਨੂੰ ਨੌਕਰੀ ਇੱਥੇ ਲਵਾ ਦਿਓ ਤਾਂ ਉਸ ਦਾ ਦੋਸਤ ਸੀ ਜੋ ਉਹ ਕਿਸੇ ਦਫ਼ਤਰ ਦੇ ਵਿੱਚ ਲੱਗਾ ਹੋਇਆ ਸੀ ਤਾਂ ਉਸਨੇ ਕਿਹਾ ਕਿ ਹਾਂ ਇੱਕ ਜਗ੍ਹਾ ਖਾਲੀ ਹੈ ਮੈਂ ਉੱਤੇ ਇਸ ਦੀ ਸੈਟਿੰਗ ਕਰਵਾ ਸਕਦਾ ਸਵੇਰੇ ਇਸ ਨੂੰ 10 ਵਜੇ ਪਹੁੰਚ ਭੇਜ ਦੇਣਾ ਦੂਜੇ ਦਿਨ ਕੀ ਹੁੰਦਾ ਜੋ ਉਸਦੇ ਦੋਸਤ ਦਾ ਲੜਕਾ ਹੈ ਉਹ 10:20 ਮਿੰਟ ਤੇ ਪਹੁੰਚਦਾ ਹੈ ਤਾਂ ਉਹ ਜਦੋਂ ਉਸ ਆਪ ਦੇ ਪਿਤਾ ਜੀ ਦੇ ਦੋਸਤ ਨੂੰ ਮਿਲਦਾ ਹੈ ਕਿ ਤੁਸੀਂ ਕੱਲ ਕਿਹਾ ਸੀਗੇ ਮੇਰੇ ਕੋਲ ਆਇਓ ਮੈਂ ਤੁਹਾਨੂੰ ਨੌਕਰੀ ਤੇ ਰੱਖ ਲਾਵਾਂਗਾ ਤਾਂ ਉਸਦੇ ਪਿਤਾ ਦੇ ਦੋਸਤ ਨੇ ਕਿਹਾ ਕਿ ਤੁਸੀਂ ਕਿੰਨੇ ਵਜੇ ਆਏ ਹੋ ਉਹ ਕਹਿੰਦਾ 10 ਵਜੇ ਕੇ 20 ਮਿੰਟ ਤੇ ਤੇ ਉਹ ਕਹਿੰਦਾ ਫਿਰ ਮੈਂ ਤੁਹਾਨੂੰ ਕਿੰਨਾ ਸਮਾਂ ਦਿੱਤਾ ਸੀ ਉਹ ਕਹਿੰਦੇ 10 ਵਜੇ 10 ਵਜੇ ਦਾ ਜਿਸ ਕਾਰਨ ਤਾਂ ਫਿਰ ਉਸਦੇ ਦੋਸਤ ਨੇ ਕਿਹਾ ਉਸਦੇ ਪਿਤਾ ਦੇ ਦੋਸਤ ਨੇ ਕਿਹਾ ਕਿ ਤੁਸੀਂ 30 ਮਿੰਟ ਲੇਟ ਹੋ ਮੈਂ ਤੁਹਾਡੀ 10 ਮਿੰਟ ਤੱਕ ਵੇਟ ਕੀਤੀ ਉਸ ਤੋਂ ਬਾਅਦ ਮੈਂ ਕਿਸੇ ਹੋਰ ਬੰਦੇ ਨੂੰ ਰੱਖ ਲਿਆ ਤੁਸੀਂ ਆਪਦਾ ਇਹ ਮੌਕਾ ਗਵਾ ਦਿੱਤਾ ਤੇ ਇਸ ਤਰ੍ਹਾਂ ਉਸ ਵਿਅਕਤੀ ਨੂੰ ਆਪਣੀ ਨੌਕਰੀ ਤੋਂ ਜੋ ਮਿਲ ਰਹੀ ਸੀ ਉਸ ਨੂੰ ਹੱਥ ਤੋਂ ਹੋਂੇ ਪਏ ਇਸ ਤਰ੍ਹਾਂ ਦੀਆਂ ਜਿੰਨੀਆਂ ਮਰਜ਼ੀ ਉਦਾਹਰਣਾਂ ਦੇ ਲੋ ਸਮੇਂ ਬਾਰੇ ਸਮਾਂ ਤਾਂ ਕਹਿੰਦਾ ਪਾਵਾਖਰ ਦੇ ਵਿੱਚ ਇਹੀ ਹੈ ਕਿ ਇਨਸਾਨ ਨੂੰ ਸਮੇਂ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ ਭਾਈ ਵੀਰ ਸਿੰਘ ਵੀ ਕਹਿੰਦਾ ਹੈ ਕਿ ਰਹੀ ਵਾਸਤੇ ਕਤ ਸਮੇਂ ਨੇ ਇੱਕ ਨਾ ਮੰਨੀ ਚਾਹੇ ਜਿੰਨੇ ਵਸ ਮਰਜ਼ੀ ਵਾਸਤੇ ਮ ਪਾਉਂਦੀ ਰਹੀ ਪਰ ਸਮਾਂ ਕਿਸੇ ਦੀ ਨਹੀਂ ਸੁਣਦਾ ਇਸ ਕਰਕੇ ਇਸ ਪਾਠ ਦੇ ਸ਼ੁਰੂ ਦੇ ਵਿੱਚ ਵੀ ਲਿਖਿਆ ਹੋਇਆ ਹੈ ਸਮੇਂ ਦਾ ਪਈਆ ਘੁੰਮਦਾ ਜਾਏ ਕਦੀ ਰਾਤ ਕਦੀ ਦਿਨ ਲਿਆਈ ਜੋ ਨਾ ਸਮਾਂ ਵਿਅਰਥ ਗਵਾਏ ਮਨ ਚਾਹੀਓ ਮੰਜ਼ਲ ਪਾਏ ਭਾਵੇਂ ਸਮੇ ਦਾ ਪਈਆ ਲਗਾਤਾਰ ਦਿਨ ਰਾਤ ਘੁੰਮਦਾ ਰਹਿੰਦਾ ਹੈ ਜੋ ਸਮੇ ਨੂੰ ਵਿਅਰਥ ਨਹੀਂ ਗਵਾਉਂਦੇ ਉਹ ਆਪਦੀ ਮੰਜ਼ਲ ਨੂੰ ਇੱਕ ਦਿਨ ਪਾ ਲੈਂਦੇ ਹਨ ਕਈ ਵਾਰੀ ਅਸੀਂ ਦੇਖਿਆ ਹੈ ਕਿ ਜੋ ਬੱਚੇ ਹੈ ਉਹ ਸਾਬਦਾ ਕੰਮ ਸਮੇਂ ਸਰ ਨਹੀਂ ਕਰਦੇ ਜਾਂ ਫਿਰ ਕੋਈ ਇਨਸਾਨ ਆਪਦਾ ਕੰਮ ਸਮੇਂ ਸਰ ਨਹੀਂ ਕਰਦੇ ਪੜ੍ਹਾਈ ਲਿਖਾਈ ਸਮੇਂ ਸਰ ਨਹੀਂ ਕਰਦੇ ਤਿਆਰੀ ਸਮੇਂ ਸਰ ਨਹੀਂ ਕਰਦੇ ਪਰ ਆਖਰੀ ਸਮੇਂ ਤੇ ਜਦੋਂ ਉਹਨਾਂ ਦਾ ਪੇਪਰ ਸ਼ੁਰੂ ਹੋਣ ਵਾਲਾ ਹੁੰਦਾ ਹੈ ਜਿਸ ਦਿਨ ਤੋ ਸਵੇਰ ਤੋਂ ਪਹਿਲਾਂ ਲੇਟ ਉੱਠਦੇ ਹਨ ਫਿਰ ਸਾਰਾ ਦਿਨ ਭੱਜ ਨੱਠ ਕਰਦੇ ਹਨ ਸਮਾਨ ਲਾਉਂਦੇ ਹਨ ਹਫੜਾ ਦਫੜੀ ਦੇ ਵਿੱਚ ਉਹਨਾਂ ਨੂੰ ਅੱਧਾ ਸਮਾਨ ਵੀ ਭੁੱਲ ਜਾਂਦਾ ਹੈ ਤਾਂ ਜਦੋਂ ਉਹ ਪੇਪਰ ਦੇ ਵਿੱਚ ਜਾ ਕੇ ਬੈਠਦੇ ਹਨ ਤਾਂ ਉਹਨਾਂ ਦਾ ਮਨ ਵੀ ਸ਼ਾਂਤ ਨਹੀਂ ਹੁੰਦਾ ਜਿਸ ਕਾਰਨ ਕਈ ਵਾਰ ਜੋ ਸਵਾਲ ਆਉਂਦੇ ਹੁੰਦੇ ਹਨ ਉਹ ਵੀ ਉਹ ਹੱਲ ਨਹੀਂ ਕਰ ਪਾਉਂਦੇ ਸਭ ਕੁਝ ਸਮੇਂ ਦੀ ਕਦਰ ਨਾ ਕਰ ਕਰਨ ਕਰਨ ਕਰਣ ਕਰਕੇ ਹੁੰਦਾ ਹੈ ਤਾਂ ਇਸ ਤੋਂ ਪਾਠ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਜੇ ਜ਼ਿੰਦਗੀ ਦੇ ਵਿੱਚ ਅਸੀਂ ਕਾਮਯਾਬ ਹੋਣਾ ਹੈ ਤਾਂ ਸਮੇਂ ਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ ਸਮਝੋ ਸਮੇਂ ਦੀ ਕਦਰ ਕਰਦਾ ਹੈ ਉਸ ਦੇ ਕਾਮਯਾਬ ਹੋਣ ਦੇ ਚਾਂਸ ਉਨੇ ਹੀ ਜ਼ਿਆਦਾ ਹੁੰਦੇ ਹਨ ਦੂਸਰੇ ਪਾਸੇ ਜੋ ਵਿਅਕਤੀ ਸਮੇਂ ਦੀ ਕਦਰ ਨਹੀਂ ਕਰਦਾ ਉਹ ਜ਼ਿੰਦਗੀ ਵਿੱਚ ਆਪਦਾ ਬਹੁਤ ਕੁਝ ਗਵਾ ਬੈਠਦਾ ਹੈ ਤਾਂ ਉਹ ਅਸੀਂ ਇਸ ਪਾਠ ਤੋਂ ਇਹ ਹੀ ਸਿੱਖੀਏ ਕਿ ਸਮੇਂ ਦੀ ਅਸੀਂ ਕਦਰ ਕਰਾਂਗੇ ਆਓ ਵਸੀ ਪ੍ਰਣ ਕਰਕੇ ਕਿਸੇ ਮੈਨ ਵਸੀ ਵਿਅਰਥ ਨਹੀਂ ਗਵਾਵਾਂਗੇ ਜੋ ਸਾਡਾ ਹੋਮਵਰਕ ਸਾਨੂੰ ਮਿਲ ਰਿਹਾ ਹੈ ਉਹ ਸਮੇਂ ਸਿਰ ਕਰਾਂਗੇ ਤੇ ਪੜ੍ਹਾਈ ਲਿਖਾਈ ਦੇ ਵਿੱਚ ਹਰ ਕੰਮ ਜੋ ਆਪਦਾ ਹੋਮਵਰਕ ਉਹ ਸਮੇਂ ਸਿਰ ਕਰਾਂਗੇ ਤੇ ਸਭ ਤੋਂ ਅੱਗੇ ਰਹਿਾਂਗੇ ਜ਼ਿੰਦਗੀ ਦੇ ਵਿੱਚ ਧੰਨਵਾਦ